ਸਮਾ ਹੋ ਚੁੱਕਾ ਹੈ ਸੰਤਾਂ ਹਿਮਕੁਟ ਸਾਹਿਬ ਤੋਂ ਗੋਬਿੰਦ tạm ਦੇ ਲਈ ਜਾਣਾ ਸ਼ੁਰੂ ਹੋ ਚੁੱਕੀਆਂ ਨੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਲੰਬੀਆਂ ਲਾਈਨਾਂ ਤੁਹਾਨੂੰ ਲੱਗੀਆਂ ਨਜ਼ਰ ਆ ਰਹੀਆਂ ਨੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਦੋ ਰਸਤੇ ਜਾਂਦੇ ਨੇ ਇੱਕ ਪੌੜੀਆਂ ਵਾਲਾ ਰਸਤਾ ਇੱਕ ਜਿਹੜਾ ਉਹ ਸਿੱਧਾ ਰਸਤਾ ਜਿਹੜਾ ਉਹ ਜਾਂਦਾ ਥੋੜਾ ਜਿਆ ਲੰਬਾ ਜਰੂਰ ਪੈਂਦਾ ਪਰ ਉਹ ਟੇਪਰ ਜੇ ਤਰੀਕੇ ਦੇ ਨਾਲ ਜਾਂਦਾ ਪਰ ਇਸ ਚੀਜ਼ ਨੂੰ ਲੈ ਕੇ ਵੀ ਇੱਕ ਅਵੇਅਰਨੈਸ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਲੰਬੀ ਲਾਈਨ ਲੱਗੀ ਹੋਈ ਹੈ ਇਹ ਰਸਤਾ ਜਿਹੜਾ ਇਹ ਪੌੜੀਆਂ ਵਾਲੇ ਪਾਸੇੋਂ ਦੀ ਜਾ ਰਿਹਾ ਜਿੱਥੇ ਜ਼ਿਆਦਾ ਸੰਗਤ ਜਾ ਰਹੀ ਹੈ ਇਸੇ ਕਾਰਨ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਹੁਣ ਸੰਗਤ ਜਿਹੜੀ ਹੈ ਇੱਕਦਮ ਉੱਪਰੋਂ ਹੇਠਾਂ ਜਾਣ ਦੇ ਲਈ ਨਿਕਲੀ ਆ ਤਾਂ ਇਸੇ ਕਾਰਨ ਥੋੜਾ ਸਮਾਂ ਲੱਗ ਰਿਹਾ ਕਿਉਂਕਿ ਬਰਫ਼ ਪਈ ਹੋਈ ਹੈ ਤਾਂ ਸੰਤਾ ਹੌਲੀ-ਹੌਲੀ ਜਾ ਰਹੀ ਹੈ ਹੁਣ ਇਹ ਦੋ ਰਸਤਿਆਂ ਦੇ ਵਿੱਚੋਂ ਕਿਹੜਾ ਰਸਤਾ ਚੂਜ਼ ਕੀਤਾ ਜਾਵੇ ਇਹ ਸੁੱਪਰ ਗੱਲ ਕਰਦੇ ਹਾਂ ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿਉਂਕਿ ਬਰਫ਼ ਬਹੁਤ ਜ਼ਿਆਦਾ ਪਈ ਹੋਈ ਹੈ ਤਾਂ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ ਜੇਕਰ ਤੁਸੀਂ ਪੌੜੀਆਂ ਵਾਲਾ ਰਸਤਾ ਲੈਂਦੇ ਹੋ ਤਾਂ ਇਹ ਸਭ ਤੋਂ ਬੈਟਰ ਤੁਹਾਡੇ ਲਈ ਰਸਤਾ ਰਹੇਗਾ ਕਿਉਂਕਿ ਰੇਲਿੰਗ ਇੱਕ ਪਾਸੇ ਲੱਗੀ ਹੋਈ ਹੈ ਜਿਵੇਂ ਇਹ ਰੇਲਿੰਗ ਲੱਗੀ ਹੈ ਤਾਂ ਤੁਸੀਂ ਇਹ ਰੇਲਿੰਗ ਦੇ ਸਹਾਰੇ ਜਿਹੜਾ ਉਹ ਹੀਠਾਂ ਤੱਕ ਜਾ ਸਕਦੇ ਹੋ ਤਾਂ ਚਾਹੇ ਬਜ਼ੁਰਗ ਹੈਗਾ ਚਾਹੇ ਬੱਚੇ ਨੇ ਤਾਂ ਇਸ ਦੇ ਸਹਾਰੇ ਜਿਹੜਾ ਉਹ ਹੀਠਾਂ ਤੱਕ ਜਾ ਸਕਦੇ ਨੇ ਜੇਕਰ ਤੁਸੀਂ ਥੱਲੋਂ ਉੱਪਰ ਆ ਰਹੇ ਹੋ ਤਾਂ ਤਾਂ ਵੀ ਤੁਹਾਡੇ ਲਈ ਪੌੜੀਆਂ ਵਾਲਾ ਤਾ ਬੈਟਰ ਹੈ ਜੇਕਰ نیچے ਜਾ ਰਹੇ ਹੋ ਤਾਂ ਵੀ ਪੌੜੀਆਂ ਵਾਲਾ ਰਸਤਾ ਬੈਟਰ ਹੈ ਜਦੋਂ ਤੱਕ ਬਰਫ਼ ਪਈ ਹੋਈ ਆ ਹੁਣ ਤੁਹਾਨੂੰ ਦੂਜਾ ਰਸਤਾ ਦਿਖਾ ਦਿੰਨੇ ਆ ਉਹ ਸਾਹਮਣੇ ਤੁਹਾਨੂੰ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਉਹ ਦੂਜਾ ਰਸਤਾ ਆ ਰਿਹਾ ਹੈ ਉਵੀ ਹੀਠਾ ਜਾਏਗਾ ਤਾਂ ਲਗਭਗ ਥੋੜਾ ਜਿਹਾ 1.5 ਕਿਲੋਮੀਟਰ ਤੇ ਜਾ ਕੇ ਜਿਹੜਾ ਉਹ ਰਸਤਾ ਫਿਰ ਤੋਂ ਇੱਕ ਹੋ ਜਾਏਗਾ ਪਰ ਉਹ ਸਾਹਮਣੇ ਤਸਵੀਰ ਦੇਖੋ ਤੁਸੀਂ ਇਹ ਖਤਰਨਾਕ ਰਸਤਾ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਹੀਠਾਂ ਵੀ ਬਰਫ਼ ਪਈ ਹੋਈ ਹੈ ਜਿੱਥੋਂ ਦੀ ਨਿਕਲ ਕੇ ਆਉਣਾ ਜੇਕਰ ਕਿਸੇ ਦੇ ਸ਼ੂਜ਼ ਕਸਰੇ ਹੋਏ ਨੇ ਜਾਂ ਉਹ ਸਲਿੱਪ ਕਰ ਜਾਣ ਉਹ ਦੇਖੋ ਸਾਹਮਣੇ ਤਸਵੀਰ ਦੇਖੋ ਉਹ ਇੱਕ ਸੰਗਤ ਦੇ ਵਿੱਚੋਂ ਇੱਕ ਸ਼ਰਧਾਲੂ ਜਿਹੜਾ ਰੇਡ ਦਾ ਹੋਇਆ ਆ ਰਿਹਾ ਹੈ ਉਹ ਸ਼ਾਇਦ ਸਲਿੱਪ ਹੋਇਆ ਇਸੇ ਕਾਰਨ ਅਸੀਂ ਕਹਿ ਰਹੇ ਹਾਂ ਕਿ ਇੱਥੇ ਸਲਿੱਪ ਬਹੁਤ ਜ਼ਿਆਦਾ ਹੋਣ ਦਾ ਖਤਰਾ ਰਹਿੰਦਾ ਤਾਂ ਇਸ ਕਿ ਜੇਕਰ ਕੋਈ ਤੁਸੀਂ ਆ ਰਹੇ ਹੋ ਸੰਗਤਾਂ ਇਹ ਰਸਤਾ ਜਿਹੜਾ ਉਹ ਚੂਜ਼ ਕਰੋ ਤੁਸੀਂ ਪੋੜੀਆਂ ਵਾਲਾ ਪੋੜੀਆਂ ਵਾਲਾ ਰਸਤਾ ਤੁਹਾਡੇ ਲਈ ਬੈਟਰ ਹੈ ਕਿਉਂਕਿ ਉਹ ਦੂਜੇ ਰਸਤੇ ਦੇ ਉੱਪਰ ਨਾ ਤਾਂ ਕੋਈ ਰੇਲਿੰਗ ਹੈ ਨਾ ਕੋਈ ਜਿੱਤਾ ਤੁਸੀਂ ਸਹਾਰਾ ਲੈ ਸਕਦੇ ਹੋ ਤਾਂ ਜੇਕਰ ਹੇਠਾਂ ਵੀ ਜਿਸ ਤਰੀਕੇ ਦੇ ਨਾਲ ਇੱਥੇ ਬਰਫ਼ ਤੁਹਾਨੂੰ ਨਜ਼ਰ ਨਹੀਂ ਆਏਗੀ ਇਹ ਪੋੜੀਆਂ ਵਾਲੇ ਰਸਤੇ ਤੇ ਪਰ ਉਹ ਦੂਜੇ ਰਸਤੇ ਤੇ ਤੁਹਾਨੂੰ ਹੇਠਾਂ ਵੀ ਬਰਫ਼ ਨਜ਼ਰ ਆਏਗੀ ਤੇ ਬਰਫ਼ ਦੇ ਸਾਰੇ ਜਦੋਂ ਤੁਸੀਂ ਹੇਠਾਂ ਉਤਰੋਗੇ ਤਾਂ ਤੁਹਾਡੇ ਜਿਹੜੇ ਪੈਰ ਸਲਿੱਪ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਣਗੇ ਇਸ ਕਰਕੇ ਇਹ ਇੱਕ ਸੁਜੈਸ਼ਨ ਹੈ ਕਿ ਜੇਕਰ ਤੁਸੀਂ ਆ ਰਹੇ ਹੋ ਤਾਂ ਪੋੜੀ ਰਸਤਾ ਚੂਜ਼ ਕਰੋ ਇਹ ਤੁਹਾਡੇ ਲਈ ਬੈਟਰ ਰਹੇਗਾ ਕਿਉਂਕਿ ਇਸ ਰਸਤੇ ਤੇ ਤੁਹਾਨੂੰ ਇੱਕ ਸਹਾਰਾ ਵੀ ਮਿਲ ਜੇਗਾ ਪਰ ਦੂਜੇ ਰਸਤੇ ਤੇ ਜਿਆਦਾ ਤਲਕਣ ਹੋਣ ਦਾ ਖਤਰਾ ਬਣਿਆ ਰਹਿੰਦਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ ਟੀਵੀ ਸ੍ਰੀ ਹਿਮਕੋਟ ਸਾਹਿਬ ਅੱਜ ਦਾ ਸਮਾਂ ਹੋ ਚੁੱਕਾ ਹੈ ਸੰਤਾਂ ਹਿਮਕੋਟ ਸਾਹਿਬ ਤੋਂ ਗੋਬਿੰਦ ਧਾਮ ਦੇ ਲਈ ਜਾਣਾ ਸ਼ੁਰੂ ਹੋ ਚੁੱਕੀਆਂ ਨੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਲੰਬੀਆਂ ਲਾਈਨਾਂ ਤੁਹਾਨੂੰ ਲੱਗੀਆਂ ਨਜ਼ਰ ਆ ਰਹੀਆਂ ਨੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਦੋ ਰਸਤੇ ਜਾਂਦੇ ਨੇ ਇੱਕ ਪੌੜੀਆਂ ਵਾਲਾ ਰਸਤਾ ਇੱਕ ਜਿਹੜਾ ਉਹ ਸਿੱਧਾ ਰਸਤਾ ਜਿਹੜਾ ਉਹ ਜਾਂਦਾ ਥੋੜਾ ਜਿਆ ਲੰਬਾ ਜਰੂਰ ਪੈਂਦਾ ਪਰ ਉਹ ਟੇਪਰ ਜੇ ਤਰੀਕੇ ਦੇ ਨਾਲ ਜਾਂਦਾ ਪਰ ਇਸ ਚੀਜ਼ ਨੂੰ ਲੈ ਕੇ ਵੀ ਇੱਕ ਅਵੇਅਰਨੈਸ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਲੰਬੀ ਲਾਈਨ ਲੱਗੀ ਹੋਈ ਹੈ ਇਹ ਰਸਤਾ ਜਿਹੜਾ ਇਹ ਪੌੜੀਆਂ ਵਾਲੇ ਪਾਸੇੋਂ ਦੀ ਜਾ ਰਿਹਾ ਜਿੱਥੇ ਜ਼ਿਆਦਾ ਸੰਗਤ ਜਾ ਰਹੀ ਹੈ ਇਸੇ ਕਾਰਨ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਹੁਣ ਸੰਗਤ ਜਿਹੜੀ ਹੈ ਇੱਕਦਮ ਉੱਪਰੋਂ ਹੇਠਾਂ ਜਾਣ ਦੇ ਲਈ ਨਿਕਲੀ ਆ ਤਾਂ ਇਸੇ ਕਾਰਨ ਥੋੜਾ ਸਮਾਂ ਲੱਗ ਰਿਹਾ ਕਿਉਂਕਿ ਬਰਫ਼ ਪਈ ਹੋਈ ਹੈ ਤਾਂ ਸੰਤਾਂ ਹੌਲੀ-ਹੌਲੀ ਜਾ ਰਹੀ ਹੁਣ ਇਹ ਦੋ ਰਸਤਿਆਂ ਦੇ ਵਿੱਚੋਂ ਕਿਹੜਾ ਰਸਤਾ ਚੂਜ਼ ਕੀਤਾ ਜਾਵੇ ਇਸ ਉੱਪਰ ਗੱਲ ਕਰਦੇ ਹਾਂ ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿਉਂਕਿ ਬਰਫ਼ ਬਹੁਤ ਜ਼ਿਆਦਾ ਪਈ ਹੋਈ ਹੈ ਤਾਂ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ ਜੇਕਰ ਤੁਸੀਂ ਪੌੜੀਆਂ ਵਾਲਾ ਰਸਤਾ ਲੈਂਦੇ ਹੋ ਤਾਂ ਇਹ ਸਭ ਤੋਂ ਬੈਟਰ ਤੁਹਾਡੇ ਲਈ ਰਸਤਾ ਰਹੇਗਾ ਕਿਉਂਕਿ ਰੇਲਿੰਗ ਇੱਕ ਪਾਸੇ ਲੱਗੀ ਹੋਈ ਹੈ ਜਿਵੇਂ ਇਹ ਰੇਲਿੰਗ ਲੱਗੀ ਹੈ ਤਾਂ ਤੁਸੀਂ ਇਹ ਰੇਲਿੰਗ ਦੇ ਸਹਾਰੇ ਜਿਹੜਾ ਉਹ ਹੀਠਾਂ ਤੱਕ ਜਾ ਸਕਦੇ ਹੋ ਤਾਂ ਚਾਹੇ ਬਜ਼ੁਰਗ ਹੈਗਾ ਚਾਹੇ ਬੱਚੇ ਨੇ ਤਾਂ ਇਸ ਦੇ ਸਹਾਰੇ ਜਿਹੜਾ ਉਹ ਹੀਠਾਂ ਤੱਕ ਜਾ ਸਕਦੇ ਨੇ ਜੇਕਰ ਤੁਸੀਂ ਥੱਲੋਂ ਉੱਪਰ ਆ ਰਹੇ ਹੋ ਤਾਂ ਤਾਂ ਵੀ ਤੁਹਾਡੇ ਲਈ ਪੌੜੀਆਂ ਵਾਲਾ ਰਸਤਾ ਬੈਟਰ ਹੈ ਜੇਕਰ نیچے ਜਾ ਰਹੇ ਹੋ ਤਾਂ ਵੀ ਪੌੜੀਆਂ ਵਾਲਾ ਰਸਤਾ ਬੈਟਰ ਹੈ ਜਦੋਂ ਤੱਕ ਬਰਫ਼ ਪਈ ਹੋਈ ਆ ਹੁਣ ਤੁਹਾਨੂੰ ਦੂਜਾ ਰਸਤਾ ਦਿਖਾ ਦਿੰਨੇ ਆ ਉਹ ਸਾਹਮਣੇ ਤੁਹਾਨੂੰ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਆ ਉਹ ਦੂਜਾ ਰਸਤਾ ਆ ਰਿਹਾ ਹੈ ਉਵੀ ਹੀਠਾ ਜਾਏਗਾ ਤਾਂ ਲਗਭਗ ਥੋੜਾ ਜਿਹਾ 1.5 ਕਿਲੋਮੀਟਰ ਤੇ ਜਾ ਕੇ ਜਿਹੜਾ ਉਹ ਰਸਤਾ ਫਿਰ ਤੋਂ ਇੱਕ ਹੋ ਜਾਏਗਾ ਪਰ ਉਹ ਸਾਹਮਣੇ ਤਸਵੀਰ ਦੇਖੋ ਤੁਸੀਂ ਇਹ ਖਤਰਨਾਕ ਰਸਤਾ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਹੀਠਾਂ ਵੀ ਬਰਫ਼ ਪਈ ਹੋਈ ਹੈ ਜਿੱਥੋਂ ਦੀ ਨਿਕਲ ਕੇ ਆਉਣਾ ਜੇਕਰ ਕਿਸੇ ਦੇ ਸ਼ੂਜ਼ ਕਸਰੇ ਹੋਏ ਨੇ ਜਾਂ ਉਹ ਸਲਿੱਪ ਕਰ ਜਾਣ ਉਹ ਦੇਖੋ ਸਾਹਮਣੇ ਤਸਵੀਰ ਦੇਖੋ ਉਹ ਇੱਕ ਸੰਗਤ ਵਿੱਚੋਂ ਇੱਕ ਸ਼ਰਧਾਲੂ ਜਿਹੜਾ ਰੇੜਦਾ ਹੋਇਆ ਆ ਰਿਹਾ ਉਸ ਸ਼ਾਇਦ ਸਲਿੱਪ ਹੋਇਆ ਇਸੇ ਕਾਰਨ ਅਸੀਂ ਕਹਿ ਰਹੇ ਕਿ ਇੱਥੇ ਸਲਿੱਪ ਬਹੁਤ ਜ਼ਿਆਦਾ ਹੋਣ ਦਾ ਖਤਰਾ ਰਹਿੰਦਾ ਤਾਂ ਇਸ ਕਿ ਜੇਕਰ ਕੋਈ ਤੁਸੀਂ ਆ ਰਹੇ ਹੋ ਸੰਗਤਾਂ ਇਹ ਰਸਤਾ ਜਿਹੜਾ ਉਹ ਚੂਜ਼ ਕਰੋ ਤੁਸੀਂ ਪੌੜੀਆਂ ਵਾਲਾ ਪੌੜੀਆਂ ਵਾਲਾ ਰਸਤਾ ਤੁਹਾਡੇ ਲਈ ਬੈਟਰ ਹੈ ਕਿਉਂਕਿ ਉਹ ਦੂਜੇ ਰਸਤੇ ਦੇ ਉੱਪਰ ਨਾ ਤਾਂ ਕੋਈ ਰੇਲਿੰਗ ਹੈ ਨਾ ਕੋਈ ਜਿੱਥਾ ਤੁਸੀਂ ਸਹਾਰਾ ਲੈ ਸਕਦੇ ਹੋ ਤਾਂ ਜੇਕਰ ਹੇਠਾਂ ਵੀ ਜਿਸ ਤਰੀਕੇ ਦੇ ਨਾਲ ਇੱਥੇ ਬਰਫ਼ ਤੁਹਾਨੂੰ ਨਜ਼ਰ ਨਹੀਂ ਆਏਗੀ ਇਹ ਪੌੜੀਆਂ ਵਾਲੇ ਰਸਤੇ ਤੇ ਪਰ ਉਹ ਦੂਜੇ ਰਸਤੇ ਤੇ ਤੁਹਾਨੂੰ ਹੇਠਾਂ ਵੀ ਬਰਫ਼ ਨਜ਼ਰ ਆਏਗੀ ਤੇ ਬਰਫ਼ ਦੇ ਸਾਰੇ ਜਦੋਂ ਤੁਸੀਂ ਹੇਠਾਂ ਉਤਰੋਗੇ ਤਾਂ ਤੁਹਾਡੇ ਜਿਹੜੇ ਪੈਰ ਸਲਿੱਪ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਣਗੇ ਇਸ ਕਰਕੇ ਇਹ ਇੱਕ ਸੁਜੈਸ਼ਨ ਹੈ ਕਿ ਜੇਕਰ ਤੁਸੀਂ ਆ ਰਹੇ ਹੋ ਤਾਂ ਪੌੜੀ ਹਲਾ ਰਸਤਾ ਚੂਜ਼ ਕਰੋ ਇਹ ਤੁਹਾਡੇ ਲਈ ਬੈਟਰ ਰਹੇਗਾ ਕਿਉਂਕਿ ਇਸ ਰਸਤੇ ਤੇ ਤੁਹਾਨੂੰ ਇੱਕ ਸਹਾਰਾ ਵੀ ਮਿਲ ਜੇਗਾ ਪਰ ਦੂਜੇ ਰਸਤੇ ਤੇ ਜ਼ਿਆਦਾ ਤਿਲਕਣ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ ਟੀਵੀ ਸ੍ਰੀ ਹਿਮਕੋਟ ਸਾਹਿਬ